ਜਗਬਾਣੀ ਟੀਵੀ ਦੇਖ ਰਹੇ ਹੋ ਤੁਸੀਂ। ਫਿਲਹਾਲ ਅਸੀਂ ਸ਼ੰਭੂ ਬੈਰੀਅਰ ਤੇ ਹੀ ਮੌਜੂਦ ਆ। ਕਿਸਾਨਾਂ ਦਾ ਕਾਫਲਾ ਲਗਾਤਾਰ ਵੱਧਦਾ ਜਾ ਰਿਹਾ, ਵੱਡਾ ਹੋ ਰਿਹਾ, ਤਾਂ ਕਿਸਾਨ ਆਗੂਆਂ ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰਕੇ ਸਾਫ ਤੌਰ ਤੇ ਮੰਗ ਕੀਤੀ ਗਈ ਹੈ। ਕੱਲ ਸ਼ਾਮ ਨੂੰ ਬੈਠਕ ਹੋਣੀ ਹੈ, ਉਸ ਤੋਂ ਪਹਿਲਾਂ ਆਰਡੀਨੈਂਸ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ ਕਿ ਜੋ MSP ਦੇ ਉੱਪਰ ਗਰੰਟੀ ਹੈ ਉਸ ਨੂੰ ਲੈ ਕੇ ਭਰੋਸਾ ਜਿਹੜਾ ਹੈਗਾ ਉਹ ਕਿਸਾਨਾਂ ਨੂੰ ਦਿੱਤਾ ਜਾਵੇ। ਕਿਸਾਨ ਆਗੂਆਂ ਨੇ ਇਹ ਮੰਗ ਕੀਤੀ ਹੈ, ਕੱਲ ਸ਼ਾਮ ਨੂੰ ਬੈਠਕ ਹੋਣੀ ਹੈ। ਫਿਲਹਾਲ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ, ਕਿਸਾਨ ਜਿਹੜੇ ਹਨ ਉਹ ਸ਼ੰਭੂ ਬੈਰੀਅਰ ਤੇ ਹਜੇ ਵੀ ਡਟੇ ਹੋਏ ਹਨ। ਤਾਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਕੁਝ ਕਿਸਾਨ ਵੀ ਸਾਡੇ ਨਾਲ ਇੱਥੇ ਮੌਜੂਦ ਹਨ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਫਿਲਹਾਲ ਤੁਹਾਨੂੰ ਜਿਹੜੀਆਂ ਤਸਵੀਰਾਂ ਹਨ ਉਹ ਦਿਖਾ ਰਹੇ ਹੈਗੇ ਆ। ਤਾਂ ਕਿਸਾਨ ਕਿਸ ਤਰੀਕੇ ਦੇ ਨਾਲ ਤਿਆਰੀਆਂ ਕੀਤੀਆਂ ਹੋਈਆਂ ਹਨ ਕੱਲ੍ਹ ਜਿਹੜੀ ਬੈਠਕ ਹੋਣੀ ਹੈਗੀ ਉਸ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ, ਤਸਵੀਰਾਂ ਤੁਹਾਨੂੰ ਵੱਖ ਵੱਖ ਦਿਖਾ ਰਹੇ ਹੈਗੇ ਆ। ਰਾਸ਼ਨ ਜਿਹੜਾ ਹੈਗਾ ਕਿਸਾਨ ਇਹ ਕਹਿੰਦੇ ਨਜ਼ਰ ਆ ਰਹੇ ਨੇ, ਚਾਹੇ 1 ਮਹੀਨਾ ਲੱਗੇ, 2 ਮਹੀਨਾ ਲੱਗਣ, ਚਾਹੇ ਲੱਗੇ ਸਾਲ, ਜਦੋਂ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਇਹ ਡਟੇ ਰਹਿਣਗੇ, ਤਾਂ ਕੇਂਦਰ ਸਰਕਾਰ ਕੋਲੋਂ ਮੰਗਾਂ ਮਨਵਾਉਂਦੇ ਰਹਿਣਗੇ। ਫਿਲਹਾਲ ਤੁਹਾਨੂੰ ਇੱਕ ਟਰਾਲੀ ਦਿਖਾ ਰਹੇ ਹੈਗੇ ਆ। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਕਿਸਾਨ ਹਨ, ਉਹਨਾਂ ਵੱਲੋਂ ਇਹ ਦੀ ਗਰਮੀ ਪੈ ਰਹੀ ਹੈਗੀ ਉਸ ਤੋਂ ਬਚਣ ਦੇ ਲਈ ਇਹ ਟਰਾਲੀ ਜਿਹੜੀ ਹੈਗੀ ਉਸ ਤਰੀਕੇ ਦੇ ਨਾਲ ਤਿਆਰ ਕੀਤੀ ਗਈ ਹੈਗੀ ਆ। ਜਿਵੇਂ ਆਮ ਘਰਾਂ ਦੇ ਵਿੱਚ ਤਿਆਰ ਹੁੰਦਾ ਹੈਗਾ, ਉਸ ਤਰੀਕੇ ਦੀ ਜਿਹੜੀ ਹੈਗੀ ਆ ਉਹ ਤਿਆਰੀ ਜਿਹੜੀ ਹੈਗੀ ਉਹ ਵੀ ਕੀਤੀ ਗਈ ਹੈਗੀ ਆ, ਤਾਂ ਜੋ ਜਿਹੜੀ ਗਰਮੀ ਪੈ ਰਹੀ ਆ ਉਸ ਤੋਂ ਵੀ ਬਚਿਆ ਜਾ ਸਕੇ। AC ਵੀ ਅੰਦਰ ਲੱਗਿਆ ਹੋਇਆ, ਤਾਂ ਕਿਸਾਨ ਲਗਾਤਾਰ ਡਟੇ ਹੋਏ ਨੇ। ਕਿਵੇਂ ਦੇਖਦੇ ਹੋ ਤੁਸੀਂ ਅੱਜ ਕਿਸਾਨ ਆਗੂਆਂ ਨੇ ਮੰਗ ਕੀਤੀ ਹੈਗੀ ਹੈ ਕਿ ਜਿਹੜੀ ਮੀਟਿੰਗਾਂ ਚੱਲ ਰਹੀਆਂ ਨੇ ਉਸ ਨੂੰ ਲੈ ਕੇ ਆਰਡੀਨੈਂਸ ਜਿਹੜਾ ਹੈਗਾ ਉਹ ਜਾਰੀ ਕੀਤਾ ਜਾਵੇ? ਦੇਖੋ ਜੀ, ਅਜੇ ਤਾਂ ਪਹਿਲਾਂ 8 ਨੂੰ ਗੱਲਬਾਤ ਹੋਈ ਹੈ, ਉਸ ਤੋਂ ਬਾਅਦ 12 ਤਰੀਕ ਨੂੰ ਗੱਲਬਾਤ ਹੋਈ ਹੈ, ਹੁਣ ਜਿਹੜੀ ਹੈ ਕੱਲ੍ਹ ਨੂੰ ਮਤਲਬ ਐਤਵਾਰ ਗੱਲਬਾਤ ਹੋ ਰਹੀ ਹੈਗੀ ਆ। ਜਦ ਤੱਕ ਫਾਈਨਲ ਨਹੀਂ ਹੁੰਦਾ ਉਨਾ ਚਿਰ ਅਜੇ ਕੋਈ ਸੰਭਾਵਨਾ ਨਹੀਂ ਆਰਡੀਨੈਂਸ ਦੀ। ਆਰਡੀਨੈਂਸ ਤਾਂ ਉਦੋਂ ਹੀ ਹੋਊਗਾ ਜਦੋਂ ਕੋਈ ਬੈਠ ਕੇ ਜਥੇਬੰਦੀਆਂ ਨਾਲ ਗੱਲਬਾਤ ਹੋਊਗੀ, ਕੋਈ ਗੱਲ ਸਿਰੇ 'ਤੇ ਲੱਗੂ, ਲਿਖਤ ਪੜ੍ਹਤ ਹੋਊਗੀ। ਭਰੋਸਾ ਮੰਗ ਰਹੇ ਨੇ ਵੀ ਕੱਲ੍ਹ ਦੀ ਬੈਠਕ ਹੋਣੀ ਹੈ। ਅਨੁਰਾਗ ਠਾਕੁਰ ਦਾ ਬਿਆਨ ਵੀ ਆਇਆ ਕਿ ਪੋਜ਼ਿਟਿਵ ਤਰੀਕੇ ਨਾਲ ਚਰਚਾ ਹੋ ਰਹੀ ਹੈ, ਪਿਛਲੀਆਂ ਬੈਠਕਾਂ ਹੋਈਆਂ ਉਹ ਵੀ ਪੋਜ਼ਿਟਿਵ ਹੋਈਆਂ, ਤਾਂ ਤੁਹਾਨੂੰ ਕੀ ਲੱਗਦਾ ਹੈਗਾ ਕਿ ਕੱਲ੍ਹ ਵਾਲੀ ਬੈਠਕ ਦੇ ਵਿੱਚ ਹੱਲ ਕੁਛ ਨਿਕਲੂਗਾ? ਦੇਖੋ ਜੀ, ਗੱਲਬਾਤ ਤਾਂ ਹੀ ਹੁੰਦੀ ਹੈ, ਆਫਟਰ ਆਲ ਤਾਂ ਜਿਹੜੇ ਹੱਲ ਆ ਉਹ ਗੱਲਬਾਤ ਰਾਹੀਂ ਨਿਕਲਦੇ ਆ। ਜਦੋਂ ਗੱਲਬਾਤ ਟੁੱਟ ਜਾਂਦੀ ਹੈ, ਮੰਗਾਂ ਜਾਇਜ਼ ਹੁੰਦੀਆਂ, ਸਰਕਾਰ ਦੀ ਹਾਂ ਕੀਤੀ ਹੁੰਦੀ ਹੈ, ਮੰਨੀਆਂ ਹੋਈਆਂ ਹੁੰਦੀਆਂ, ਭਰੋਸਾ ਦਵਾਇਆ ਹੁੰਦਾ, ਠੀਕ ਹੈ। ਅਗਰ ਸਰਕਾਰ ਉਸ ਤੋਂ ਭੱਜ ਜਾਂਦੀ ਹੈ ਤਾਂ ਸੰਘਰਸ਼ ਲਈ ਮਤਲਬ ਲੋਕਾਂ ਨੂੰ ਜਾਂ ਕਿਸਾਨਾਂ ਨੂੰ ਮਜਬੂਰ ਹੋਣਾ ਪੈਂਦਾ ਹੈਗਾ। ਕਿਸਾਨ ਕੋਈ ਵਿਹਲੇ ਨਹੀਂ, ਪਰ ਮਜਬੂਰੀ ਵੱਸ ਫਿਰ ਉਹਨਾਂ ਨੂੰ ਹੁਣ ਦੇਖੋ 2021 ਦੇ ਵਿੱਚ ਜਿਹੜਾ ਸੰਘਰਸ਼ ਚੱਲ ਰਿਹਾ ਸੀ ਦਿੱਲੀ ਮੋਰਚਾ, ਤਾਂ ਉੱਥੇ ਸਾਰੀਆਂ ਮੰਗਾਂ ਦੀ 3 ਖੇਤੀ ਕਾਨੂੰਨ ਰੱਦ ਹੋਏ, ਬਾਕੀਆਂ ਦਾ ਉਹਨਾਂ ਨੇ ਵਿਸ਼ਵਾਸ ਦਵਾਇਆ ਸੀਗਾ, ਭਰੋਸਾ ਦਵਾਇਆ ਸੀ, ਕਮੇਟੀਆਂ ਬਣੀਆਂ, ਪਰ ਉਹਨਾਂ ਨੂੰ ਲਾਗੂ ਨਹੀਂ ਕੀਤਾ ਗਿਆ। ਕਿਸਾਨਾਂ ਨੇ, ਲੀਡਰਸ਼ਿਪ ਨੇ 2 ਸਾਲ ਦੇ ਕਰੀਬ ਉਹਦੀ ਉਡੀਕ ਕੀਤੀ, ਤਾਂ ਮਜਬੂਰਨ ਫਿਰ ਮਤਲਬ ਜਿਹੜਾ ਹੈਗਾ ਵੀ ਹੁਣ ਚੋਣਾਂ ਹੋ ਰਹੀਆਂ ਹੈਗੀਆਂ, ਸਰਕਾਰ ਜਾ ਰਹੀ, ਉਹਨਾਂ ਨੇ ਭਰੋਸੇ ਦਿੱਤੇ ਆ, ਠੀਕ ਹੈ, ਇਹ ਮੰਨਣੀਆਂ ਚਾਹੀਦੀਆਂ ਹੈਗੀਆਂ, ਉਹਨੂੰ ਮਨਾਉਣ ਵਾਸਤੇ ਮਤਲਬ ਕਿਸਾਨ ਤੁਰੇ ਆ। ਅੱਛਾ, ਤੁਸੀਂ ਕਿਵੇਂ ਸਮਝਦੇ ਹੋ ਜਿਸ ਤਰੀਕੇ ਨਾਲ ਪਿਛਲਾ ਮੋਰਚਾ ਲੱਗਿਆ, ਵੱਡੀ ਜਿੱਤ ਵੀ ਹਾਸਲ ਹੋਈ, MSP ਨੂੰ ਲੈ ਕੇ ਜੋ ਕਮੇਟੀ ਬਣੀ ਉਹਦੇ ਵਿੱਚ ਜਿਹੜੇ ਮੈਂਬਰ ਪਾਏ ਗਏ ਉਸ ਨੂੰ ਲੈ ਕੇ ਇਤਰਾਜ਼ ਵੀ ਹੋਇਆ, ਤੁਹਾਨੂੰ ਇਹ ਲੱਗਦਾ ਜਾਂ ਮਹਿਸੂਸ ਕਰਦੇ ਹੋ ਵੀ ਜਿਹੜੇ ਕਿਸਾਨ ਆਗੂ ਨੇ ਕਿਤੇ ਨਾ ਕਿਤੇ ਜਿਹੜੀ ਇੱਕ ਕੰਟੀਨਿਊ ਸੀਗਾ ਜਿਹੜੀ ਗੱਲ ਹੋਈ ਸੀ ਜਦੋਂ ਉਹ ਪ੍ਰੋਮਿਸ ਲੈ ਕੇ ਆਏ ਸੀ ਵਾਪਸ ਉੱਠੇ,
ਵੀ ਜੇਕਰ ਉਹ ਚੀਜ਼ ਕੰਟੀਨਿਊ ਰਹਿੰਦੀ ਤਾਂ ਹੁਣ ਤੱਕ ਮੰਗਾਂ ਜਿਹੜੀਆਂ ਹਨ ਉਹ ਮੰਨੀਆਂ ਜਾ ਚੁੱਕੀਆਂ ਹੁੰਦੀਆਂ। ਬਿਲਕੁਲ ਦੇਖੋ, ਇਹਦਾ ਅਸਰ ਤਾਂ ਜਦੋਂ ਆਪਾਂ ਹੋਰ ਬਹਿੰਦੇ ਲਗਾਤਾਰ, ਅਸਰ ਤਾਂ ਉਹਦਾ ਪੈਣਾ ਸੀਗਾ, ਸਰਕਾਰ ਨੂੰ ਮਜਬੂਰ ਹੋਣਾ ਪੈਣਾ ਸੀਗਾ ਵੀ ਇਹਨੂੰ ਛੇਤੀ ਨਿਬੇੜੀਏ। ਪਰ ਉਹ ਐਂ ਵੀ ਸਰਕਾਰਾਂ 'ਤੇ ਭਰੋਸਾ ਵੀ ਕਰਨਾ ਪੈਂਦਾ ਨਾ, ਜੇ ਆਪਾਂ ਭਰੋਸਾ ਨਹੀਂ ਕਰਾਂ, ਭਰੋਸੇ ਤੋਂ ਬਿਨਾਂ ਗੱਲ ਨਹੀਂ ਚੱਲਦੀ। ਠੀਕ ਹੈ, ਜੇ ਉਹਨਾਂ ਨੇ ਭਰੋਸਾ ਸਰਕਾਰ ਨੇ ਤੋੜਿਆ ਹੈਗਾ ਤਾਂ ਹੀ ਅੱਜ ਮਤਲਬ ਇੱਥੇ ਜਿਹੜਾ ਹੈਗਾ ਸੰਘਰਸ਼ ਨੂੰ ਲੈ ਕੇ ਮੋਰਚਾ ਲੱਗਾ ਹੋਇਆ, ਜਿਹੜਾ ਅਸੀਂ ਗਾਂਹ ਵਧਣ ਦੀ ਕੋਸ਼ਿਸ਼ ਕਰ ਰਹੇ ਹਾਂ। ਪਰ ਸਰਕਾਰਾਂ ਦੀਆਂ ਲਗਾਤਾਰ ਮੀਟਿੰਗਾਂ ਚੱਲਣ ਕਰਕੇ ਅਸੀਂ ਇੱਥੇ ਰੁਕੇ ਹੋਏ ਹੈਗੇ ਹਾਂ। ਠੀਕ ਹੈ, ਬਾਕੀ ਆ ਜਿਹੜੇ ਹੈਗੇ ਆ ਮਤਲਬ ਬੰਦ ਬੁੰਦ ਜੇ ਜਾਂ ਬੈਰੀ ਆ, ਮਤਲਬ ਕਿੱਡੇ ਮਤਲਬ ਵੱਡੇ ਮਰਜ਼ੀ ਹੋਣ, ਇਹ ਕਿਸਾਨਾਂ ਲਈ ਇਹ ਕੋਈ ਖਾਸ ਗੱਲ ਨਹੀਂ ਹੈਗੀ। ਠੀਕ ਹੈ, ਆਹ ਕਿਸਾਨਾਂ ਦੇ ਟਰੈਕਟਰ ਖੜ੍ਹੇ ਆ, ਇਹੀ ਟੈਂਕਰ ਆ ਸਾਡੇ। ਠੀਕ ਹੈ, ਇਸ ਕਰਕੇ ਸਾਰਾ ਰਾਸ਼ਨ ਤੁਹਾਨੂੰ ਵੀ ਪਤਾ ਵੀ ਸਾਰਾ ਵਿੱਚ ਆ, 6 ਮਹੀਨਿਆਂ ਦਾ ਰਾਸ਼ਨ ਲੈ ਕੇ ਆਏ ਹਾਂ, ਬਾਕੀ ਪਿੱਛੇ ਪਹੁੰਚ ਰਿਹਾ ਹੈਗਾ ਬਹੁਤ ਕੁਛ, ਲੋਕ ਆ ਰਹੇ ਹੈਗੇ ਆ ਲੜਨ ਦੇ। ਲੋਕ ਜਦੋਂ ਕਿਤੇ ਲੋਕਾਂ ਦਾ ਭਰੋਸਾ ਟੁੱਟਦਾ ਸਰਕਾਰ ਦਾ, ਤਾਂ ਲੋਕ ਫਿਰ ਮਜਬੂਰ ਹੁੰਦੇ ਵੀ ਸਾਡੇ ਨਾਲ ਧੋਖਾ ਹੋਇਆ, ਤਾਂ ਉਹ ਗੁੱਸੇ ਦੇ ਵਿੱਚ ਸਾਰੇ ਲੋਕ ਆ ਜਿਹੜੇ ਕਿਸਾਨ ਆ ਜਾਂ ਮਜ਼ਦੂਰ ਆ ਜਿਨ੍ਹਾਂ ਦੀਆਂ ਵੀ ਮੰਗਾਂ ਹੈਗੀਆਂ, ਉਹ ਇਸ ਲੜਾਈ ਦੇ ਪੂਰਾ ਰੌਣ ਦੇ ਵਿੱਚ ਹੈਗੇ ਨੇ ਔਰ ਲੜਨ ਨੂੰ ਪੂਰੇ ਤਿਆਰ ਬੈਠੇ ਆ, ਸਿਰਫ ਸਰਕਾਰ ਦੀ ਗੱਲਬਾਤ ਨੂੰ ਉਡੀਕ ਰਹੇ ਆ ਵੀ ਕੀ ਉਹ ਆਪਦੇ ਜਿਹੜੇ ਦਿੱਤੇ ਭਰੋਸੇ ਨੂੰ ਲਾਗੂ ਕਰਦੀ ਆ ਜਾਂ ਕਿੱਥੇ ਸਹਿਮਤੀ ਹੁੰਦੀ ਆ ਕਿੱਥੇ ਨਹੀਂ ਹੁੰਦੀ। ਠੀਕ ਹੈ ਕਿ ਨਹੀਂ, ਇਹ ਗੱਲ ਹੁਣ ਇੱਥੇ ਖੜੀ ਆ, ਮੋਰਚਾ ਜਾਰੀ ਆ। ਗੱਲ ਸਾਫ਼ ਹੈ ਕਿ ਜੇ ਸਰਕਾਰ ਮਤਲਬ ਇਹਨਾਂ ਮੰਗਾਂ ਨੂੰ ਲਾਗੂ ਨਹੀਂ ਕਰਦੀ, ਦਿੱਤੇ ਹੋਏ ਭਰੋਸੇ ਨੂੰ ਲਾਗੂ ਨਹੀਂ ਕਰਦੀ, ਤਾਂ ਕਿਸਾਨ ਆ ਜਿਹੜੇ ਉਹ ਪਿੱਛੇ ਨਹੀਂ ਮੁੜਨਗੇ, ਉਹ ਸੰਘਰਸ਼ ਨੂੰ ਅੱਗੇ ਵਧਾਉਣਗੇ। ਤੁਸੀਂ ਕਿਵੇਂ ਦੇਖਦੇ ਹੋ, ਚਲੋ ਜਿਹੜੀਆਂ ਮੰਗਾਂ ਹਨ ਉਹਨਾਂ ਨੂੰ ਲੈ ਕੇ ਗੱਲਬਾਤ ਹੋ ਗਈ ਹੈਗੀ ਆ, ਬੋਲੇ ਹੈਗੇ ਨੇ, ਅਤੇ ਜਿਹੜੀ ਆਪਣੀ ਇਹ ਟਰਾਲੀ ਤਿਆਰ ਹੋਈ ਹੈਗੀ ਆ, ਤੁਹਾਡੀ ਯੂਨੀਅਨ ਦੀਆਂ ਕਾਫੀ ਟਰਾਲੀਆਂ ਇਹੋ ਜਿਹੀਆਂ ਤਿਆਰ ਹੋਈਆਂ ਹੈਗੀਆਂ ਨੇ, ਇਹ ਆਪਣੇ ਜਿਹੜੇ ਨਾਲ ਬੀਬੀਆਂ ਆਈਆਂ ਹਨ ਜਾਂ ਬੱਚੇ ਆਏ ਹਨ, ਇਹ ਤਿਆਰ ਕੀਤੀ ਗਈ ਹੈਗੀ ਆ, ਇਹ ਖਾਸ ਮਤਲਬ ਉਸ ਪਰਪਸ ਲਈ ਜਿਹੜੀ ਹੈਗੀ ਆਪਣੀ ਇਹ? ਬਿਲਕੁਲ ਸਹੀ ਕਿਹਾ ਤੁਸੀਂ, ਠੀਕ ਕਿਹਾ, ਇਹੀ ਧਿਆਨ ਰੱਖਿਆ ਜਾਂਦਾ ਕਿਉਂਕਿ ਔਰਤਾਂ ਨੂੰ ਬੜੀਆਂ ਸਮੱਸਿਆਵਾਂ ਹੁੰਦੀਆਂ, ਉਹਨਾਂ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਹੀ ਇਹ ਮਤਲਬ ਉਹਨਾਂ ਨੂੰ ਅਲੱਗ ਤੌਰ 'ਤੇ ਪਾਉਣਾ ਅਤੇ ਉਹਨਾਂ ਦੇ ਰਹਿਣ ਸਹਿਣ ਦਾ ਜਿਹੜਾ ਉਹ ਆਮ ਆਪਣੇ ਮਨੁੱਖਾਂ ਮਰਦਾਂ ਨਾਲੋਂ ਵੱਖਰਾ ਹੁੰਦਾ, ਇਸ ਕਰਕੇ ਇਹ ਕਰਨਾ ਪਿਆ ਸਾਨੂੰ। ਅਸੀਂ ਉਹੀ ਚੀਜ਼ ਦੇਖ ਰਹੇ ਸੀਗੇ ਵੀ ਪੂਰੇ ਮੋਰਚੇ ਦੇ ਵਿੱਚ ਜ਼ਿਆਦਾਤਰ ਪਰਾਲੀ ਦੀਆਂ ਜਿਹੜੀਆਂ ਪੰਡਾਂ ਨੇ ਉਹਨਾਂ ਨੂੰ ਬੈੱਡ ਬਣਾਇਆ ਹੋਇਆ ਕਿਸਾਨਾਂ ਨੇ, ਕਿਉਂਕਿ ਖੇਤਾਂ ਦੇ ਪੁੱਤ ਤਾਂ ਮਿੱਟੀ ਦੇ ਵਿੱਚ ਅਤੇ ਖੇਤਾਂ ਦੇ ਵਿੱਚ ਹੀ ਰਹਿੰਦੇ ਨੇ, ਅਤੇ ਆਹ ਖਾਸ ਤੌਰ 'ਤੇ ਫਿਰ ਜਿਹੜੀ ਟਰਾਲੀ ਤਿਆਰ ਕੀਤੀ ਗਈ ਹੈ, ਜ਼ਿਆਦਾਤਰ ਜਿਹੜੇ ਮੋਰਚੇ 'ਚ ਬੱਚੇ ਆ ਰਹੇ ਨੇ, ਬੀਬੀਆਂ ਆ ਰਹੀਆਂ ਨੇ, ਉਹਨਾਂ ਦੀ ਸੇਫਟੀ ਅਤੇ ਉਹਨਾਂ ਨੂੰ ਮਤਲਬ ਧਿਆਨ ਦੇ ਵਿੱਚ ਰੱਖਦਿਆਂ ਇਹ ਜਿਹੜੀਆਂ ਟਰਾਲੀਆਂ ਤੁਸੀਂ ਲਿਆਂਦੀਆਂ ਨੇ ਉਰੇ? ਹਾਂ, ਇਸੇ ਨੂੰ ਲੈ ਕੇ ਅਸੀਂ ਇਹ ਜਿਹੜਾ ਸਾਰਾ ਪ੍ਰਬੰਧ ਕੀਤਾ, ਜਿਵੇਂ ਹੁਣ ਜਿਵੇਂ ਤੁਸੀਂ ਹੈ ਮਤਲਬ ਕੋਈ ਬੁੱਧੀਜੀਵੀ ਆ, ਕੋਈ ਸਿਆਣੇ ਲੋਕ ਹੈ ਜਿਨ੍ਹਾਂ ਨੇ ਉਹਨਾਂ ਨੇ ਬਹਿ ਕੇ ਕੋਈ ਵਿਚਾਰ ਚਰਚਾ ਕਰਨੀ ਹੈ, ਉਹ ਹੁਣ ਜੇ ਮਤਲਬ ਪਰਾਲੀ ਵਾਲੀ ਟਰਾਲੀ 'ਚ ਬਹਿਣਗੇ ਉਹਦੇ ਵਿੱਚ ਜੀਵ ਬਣ ਜਾਂਦੇ ਆ, ਉਹ ਮਤਲਬ ਡਿਸਟਰਬ ਹੋਣਗੇ, ਉਹ ਆਪਦੀ ਜਿਹੜੀ ਵਿਚਾਰ ਚਰਚਾ ਉਹ ਸਹੀ ਨਹੀਂ ਕਰ ਸਕਣਗੇ, ਇਸ ਕਰਕੇ ਧਿਆਨ 'ਚ ਸਾਰੀਆਂ ਗੱਲਾਂ ਰੱਖ ਕੇ, ਕਿਉਂਕਿ ਹੁਣ ਤੁਸੀਂ ਪੱਤਰਕਾਰ ਦੇ ਤੌਰ 'ਤੇ ਸਾਡੇ ਲਈ ਤਾਂ ਬੁੱਧੀਜੀਵੀ ਹੈ ਸਾਰੇ, ਤੁਸੀਂ ਵੀ ਆਉਣਾ, ਤੁਸੀਂ ਵੀ ਇੱਥੇ ਬੈਠਣਾ, ਬਹਿ ਕੇ ਸਾਥੋਂ ਪੁੱਛਣਾ, ਅਸੀਂ ਤੁਹਾਨੂੰ ਦੱਸਣਾ, ਇਸ ਕਰਕੇ ਇਹਦੇ 'ਚ ਕੋਈ ਮਤਲਬ ਉਹੀ ਜਿਹੀ ਦਿੱਕਤ ਨਾ ਆਵੇ, ਇੱਥੇ ਸਾਨੂੰ ਕੋਈ ਸਮੱਸਿਆ ਨਾ ਆਵੇ ਇਸ ਕਰਕੇ। ਇਸ ਦੇ ਵਿੱਚ ਕਿਸਾਨ ਆਗੂ ਜਾਂ ਹੋਰ ਜਿਵੇਂ ਤੁਸੀਂ ਦੱਸ ਰਹੇ ਹੋ ਉਹਨਾਂ ਦੀ ਮੀਟਿੰਗਾਂ ਵੀ ਹੁੰਦੀਆਂ ਨੇ ਇੱਥੇ? ਹਾਂ, ਉਹ ਮਤਲਬ ਜਦੋਂ ਜਿਵੇਂ ਹੁਣ ਸਰਕਾਰ ਨਾਲ ਕੋਈ ਮੀਟਿੰਗ ਹੋ ਕੇ ਆਉਂਦੀ ਹੈ ਤਾਂ ਉਹ ਦੱਸਿਆ ਜਾਂਦਾ ਥੱਲੇ ਆਗੂਆਂ ਨੂੰ,
ਉਹ ਫਿਰ ਜਿਹੜੇ ਅੱਗੇ ਮੋਢੀ ਕਿਸਾਨ ਆਗੂ ਨੇ ਉਹ ਇਸ ਟਰੋਲੀ ਦੇ ਵਿੱਚ ਜਾਂ ਮੀਟਿੰਗ ਕਰਦੇ ਨੇ? ਹਾਂ, ਇਸੇ ਜਿਵੇਂ ਜ਼ਿਲ੍ਹਾ ਪੱਧਰ ਦੇ, ਬਲਾਕ ਪੱਧਰ ਦੇ, ਉਹ ਮਤਲਬ ਸੱਦ ਕੇ ਵੱਖ ਵੱਖ ਉਹਨਾਂ ਨੂੰ, ਕਿਉਂਕਿ ਜਗ੍ਹਾ ਥੋੜ੍ਹੀ ਹੈ, ਉਹ ਵਾਰੀ ਵਾਰੀ ਮਤਲਬ ਇੱਥੇ ਸੱਦ ਕੇ ਉਹਨਾਂ ਨੂੰ ਦੱਸਿਆ ਜਾਂਦਾ। ਮਤਲਬ ਮੀਟਿੰਗ ਦੇ ਵਿੱਚ ਜੋ ਫੈਸਲੇ ਲਏ ਜਾਂਦੇ ਨੇ ਉਸ ਤੋਂ ਬਾਅਦ ਨੀਚੇ ਗਰਾਊਂਡ 'ਤੇ ਸਾਰੇ ਤੱਕ ਜਾਣਕਾਰੀ ਪਹੁੰਚੇ, ਬਲਾਕ ਪੱਧਰ ਦੇ ਜਾਂ ਅੱਗੇ ਜਿਨ੍ਹਾਂ ਦੀ ਕਿਸਾਨਾਂ ਦੀ ਡਿਊਟੀ ਲੱਗੀ ਹੋਈ ਆ ਉਹਨਾਂ ਨੂੰ ਇਸ ਟਰੋਲੀ ਦੇ ਅੰਦਰ ਬਿਠਾ ਕੇ ਜਿਹੜੀ ਆ ਲੰਬੀ ਮੀਟਿੰਗ ਚਰਚਾ ਇੱਥੇ ਹੁੰਦੀ ਆ ਵੀ ਕਿਵੇਂ ਅੱਗੇ ਮੈਸੇਜ। ਹਾਂ ਹਾਂ, ਇਹ ਬਿਲਕੁਲ ਸਹੀ ਹੈ, ਕਿਉਂਕਿ ਉਹਦਾ ਇਹ ਆ ਵੀ ਜੇ ਅਸੀਂ ਮਤਲਬ ਥੱਲਿਓਂ ਪੂਰੀ ਜਾਣਕਾਰੀ ਦੇਵਾਂਗੇ ਨਾ ਸਰਕਾਰ ਨਾਲ ਕੀ ਗੱਲਬਾਤ ਹੋਈ ਹੈ, ਅਤੇ ਅਸੀਂ ਉਹ ਮਤਲਬ ਸਾਡਾ ਇਹ ਜਿਹੜਾ ਫਿਰ ਉਹ ਜਥੇਬੰਦੀ ਦਾ ਜਿਹੜਾ ਤੁਹਾਨੂੰ ਪਤਾ ਸਾਰਾ ਹੁੰਦਾ, ਉਹ ਫਿਰ ਅੱਗੇ ਚੱਲ ਨਹੀਂ ਸਕਦਾ। ਉਹ ਫਿਰ ਇਸ ਤਰ੍ਹਾਂ ਹੋ ਜਾਂਦਾ ਵੀ ਸਾਨੂੰ ਦੱਸਿਆ ਨਹੀਂ ਜਾ ਰਿਹਾ ਜੀ, ਉਹ ਨਹੀਂ, ਇਸ ਕਰਕੇ ਮਤਲਬ ਕਈ ਵਾਰੀ ਮਤਲਬ ਇਸ ਤਰ੍ਹਾਂ ਕੁਛ ਗੱਲਾਂ ਜਿਹੜੀਆਂ ਸਰਕਾਰ ਵੱਲੋਂ ਹੁੰਦੀਆਂ ਉਹ ਸ਼ਰੇਆਮ ਨਹੀਂ ਥੱਲੇ ਕਰਨੀਆਂ ਹੁੰਦੀਆਂ, ਆਮ ਮਨੁੱਖ ਦੇ ਮਤਲਬ ਹੋਰ ਸਾਡੇ 'ਚ ਥੱਲੇ ਦਾ ਕੇਡਰ ਆ ਜਿਹੜਾ ਉਹਦੇ ਕੋਲੋਂ ਵੱਖ ਰੱਖ ਕੇ ਉਹ ਦੱਸਣਾ ਹੁੰਦਾ, ਇਸ ਕਰਕੇ ਇਹ ਇਸ ਪਰਪਜ਼ ਲਈ ਇਹ ਵਰਤੀ ਜਾਂਦੀ। ਅਸੀਂ ਦੇਖ ਰਹੇ ਕੁਛ ਇੱਕ ਕਿਤਾਬਾਂ ਵੀ ਪਈਆਂ ਨੇ, ਉਹ ਉਹ ਕਿਸ ਚੀਜ਼ ਦੀਆਂ ਕਿਤਾਬਾਂ ਹਨ? ਇਹ ਜਿਹੜਾ ਆਪਣਾ ਸਿੰਘੂ ਬਾਰਡਰ 'ਤੇ ਲੰਮਾ ਘੋਲ ਚੱਲਿਆ ਉਹਦਾ ਨੈਲਸਜ ਹੈ, ਇਹ ਸਾਡੇ ਜਿਹੜੇ ਆਪਣੇ ਮਨਦੀਪ ਪੂਨੀਆ ਜੀ ਉਹਨਾਂ ਨੇ ਮਤਲਬ ਉਹ ਜਿਹੜਾ ਸਾਰਾ ਉਹਦਾ ਲਿਖਿਆ ਇਤਿਹਾਸ ਜਥੇਬੰਦੀਆਂ ਬਾਰੇ, ਵੱਖ ਵੱਖ ਉਹਨਾਂ ਦੇ ਵਿਚਾਰ, ਉਹਨਾਂ ਦੀ ਸਮਝ, ਕਿਹੜੀ ਕਿਹੜੀ ਜਥੇਬੰਦੀ ਦਾ ਕਿਹੋ ਜਿਹਾ ਰੋਲ ਰਿਹਾ ਉਹਦੇ ਬਾਰੇ ਉਹ ਜਾਣਕਾਰੀ ਇਹਦੇ ਵਿੱਚ ਬਕਾਇਦਾ ਰੂਪ ਦੇ ਵਿੱਚ ਦਿੱਤੀ ਹੋਈ ਹੈ। ਅੱਛਾ, ਜਿਹੜੀਆਂ ਇਹ ਕਿਤਾਬਾਂ ਨੇ, ਪਿਛਲਾ ਜਿਹੜਾ ਸੰਘਰਸ਼ ਰਿਹਾ, ਘੋਲ ਰਿਹਾ ਜਿਵੇਂ ਤੁਸੀਂ ਦੱਸ ਰਹੇ ਹੋ, ਉਹਦੇ ਵਿੱਚ ਜੋ ਜਾਣਕਾਰੀ ਸੀਗੀ, ਇਹ ਕਿਤਾਬਾਂ ਤੁਹਾਡੀ ਜਿਹੜੀ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਯੂਨੀਅਨ ਹੈਗੀ ਆ ਉਹ ਨੌਜਵਾਨਾਂ ਨੂੰ ਵੀ ਇਹ ਡਿਸਟ੍ਰੀਬਿਊਟ ਕਰ ਰਹੀ ਹੈ ਤਾਂ ਜੋ ਉਹਨਾਂ ਨੂੰ ਪਤਾ ਲੱਗੇ ਕਿ ਕੀ ਇਤਿਹਾਸ ਹੈ? ਹਾਂ, ਇਹ ਮਤਲਬ ਇਕੱਲੇ ਨੌਜਵਾਨਾਂ ਵਾਸਤੇ ਹੀ ਨਹੀਂ, ਅਸੀਂ ਹਰ ਇੱਕ ਵਰਗ ਦੇ ਵਾਸਤੇ, ਸਾਡਾ ਪੜ੍ਹਿਆ ਲਿਖਿਆ ਵਰਗ ਆ ਜੋ ਜਿਵੇਂ ਪੱਤਰਕਾਰ ਹੈ, ਹਰ ਇੱਕ ਨੂੰ ਜਾਣਕਾਰੀ ਦੇ ਤੌਰ 'ਤੇ ਇਹ ਮੁਹੱਈਆ ਕੀਤੀ ਜਾਂਦੀ ਹੈ। ਕੋਈ ਵੀ ਵਰਗ ਹੋਵੇ, ਯੂਨੀਅਨਾਂ ਹੋਣ ਜਾਂ ਈਵਨ ਇਹ ਜੇ ਸਰਕਾਰ ਦਾ ਵੀ ਕੋਈ ਨੁਮਾਇੰਦਾ ਪੜ੍ਹਨਾ ਚਾਹੁੰਦਾ ਉਹ ਵੀ ਇਹ ਲੈ ਸਕਦਾ, ਇਹਦੇ ਬਾਰੇ ਜਾਣਕਾਰੀ ਮਤਲਬ ਇਤਿਹਾਸਕ ਦੀ ਤਰ੍ਹਾਂ ਇੱਕ ਇਹ ਹੈਗੀ ਹੈ ਜੋ ਮਤਲਬ ਮਨਦੀਪ ਪੂਨੀਆ ਜੀ ਨੇ ਆਪਦੇ ਬੁੱਧੀ ਦੇ ਤੌਰ ਲਿਖਿਆ ਉਹਦੇ ਮੁਤਾਬਕ, ਅਤੇ ਬਾਕੀ ਇਹ ਇਹ ਇਸ ਤਰ੍ਹਾਂ ਮਤਲਬ ਹੈ। ਤਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਨਾ ਕਿਤਾਬ ਜਿਹੜੀ ਹੈਗੀ ਹੈ ਪੱਤਰਕਾਰ ਸਾਥੀ ਮਨਦੀਪ ਪੂਨੀਆ ਅਤੇ ਉਹਨਾਂ ਵੱਲੋਂ ਜਿਹੜੀ ਹੈਗੀ ਹੈ ਇਹ ਕਿਤਾਬ ਜਿਹੜੀ ਹੈਗੀ ਉਹ ਲਿਖੀ ਗਈ ਸੀਗੀ ਅੰਦੋਲਨ ਦੇ ਉੱਪਰ, ਅਤੇ ਕਿਸਾਨ ਅੰਦੋਲਨ ਗਰਾਊਂਡ ਜ਼ੀਰੋ, ਜਿਵੇਂ ਮਿੱਟੀ 'ਚ ਸਭ ਕੁਛ ਹੈ। ਤਾਂ ਇਹ ਕਿਤਾਬਾਂ ਜਿਹੜੀਆਂ ਹਨ ਉਹ ਇੱਥੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਪਤਾ ਲੱਗੇ, ਤਾਂ ਅਜਿਹੀਆਂ ਕਿਤਾਬਾਂ ਵੀ ਜਿਹੜੀਆਂ ਹਨ ਉਹ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜਿਹੜੇ ਕਿਸਾਨ ਹਨ ਉਹ ਨਾਲ ਲੈ ਕੇ ਚੱਲ ਰਹੇ ਹਨ, ਤਾਂ ਜੋ ਨੌਜਵਾਨਾਂ ਨੂੰ ਪਤਾ ਚੱਲ ਸਕੇ ਕਿ ਜਿਹੜਾ ਪਹਿਲਾ ਸੰਘਰਸ਼ ਹੋਇਆ ਸੀ, ਜਿਹੜਾ ਪਹਿਲਾ ਘੋਲ ਹੋਇਆ ਸੀ, ਉਸ ਦੇ ਵਿੱਚ ਕੀ ਕੁਛ ਹੋਇਆ, ਸਰਕਾਰ ਦੀ ਕੀ ਭੂਮਿਕਾ ਸੀ, ਅਫਸਰਾਂ ਦੀ ਕੀ ਭੂਮਿਕਾ ਰਹੀ, ਕਿਸ ਤਰੀਕੇ ਦੇ ਨਾਲ ਮੋਰਚਾ ਚੱਲਿਆ, ਕਿਹੜੀਆਂ ਔਂਕੜਾਂ ਆਈਆਂ, ਤਾਂ ਇਸ ਤਰੀਕੇ ਦੀ ਤਿਆਰੀ ਜਿਹੜੀ ਹੈਗੀ ਆ ਉਹ ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਇਸ ਮੋਰਚੇ ਦੇ ਵਿੱਚ ਵੀ ਦਿਖ ਰਹੀ ਹੈ। ਅਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਜਾਂ ਜਿਨ੍ਹਾਂ ਨੂੰ ਸੰਘਰਸ਼ ਬਾਰੇ ਜਾਣਕਾਰੀ ਨਹੀਂ, ਤਾਂ ਬਹੁਤ ਸਾਰਾ ਅਜਿਹਾ ਕਿਤਾਬਾਂ ਰਾਹੀਂ ਜਾਂ ਜੋ ਵੀ ਫੈਕਟ ਹਨ, ਲਿਟਰੇਚਰ ਲਿਖਿਆ ਗਿਆ ਹੈਗਾ, ਕਿਤਾਬਾਂ ਲਿਖੀਆਂ ਗਈਆਂ ਹਨ, ਉਹ ਸਾਰੀਆਂ ਚੀਜ਼ਾਂ ਵੀ ਇੱਥੇ ਜਾਗਰੂਕ ਕਰਨ ਦੇ ਲਈ ਜਿਹੜਾ ਹੈਗਾ ਇਸਤੇਮਾਲ ਕੀਤੀਆਂ ਜਾ ਰਹੀਆਂ ਨੇ। ਫਿਲਹਾਲ ਅਸੀਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਕਿਸਾਨ ਜਿਹੜੇ ਇੱਥੇ ਬੈਠੇ ਹਨ ਉਹਨਾਂ ਦੀ ਇਸ ਟਰਾਲੀ ਦੇ ਅੰਦਰ ਮੌਜੂਦ ਹੈਗੇ ਹਾਂ। ਇਹ ਟਰਾਲੀ ਸੇਮ
ਜਿਵੇਂ ਆਪਾਂ ਕਿਸੇ ਘਰ ਦੇ ਕਮਰੇ ਦੇ ਵਿੱਚ ਬੈਠੇ ਹੁੰਦੇ ਹਾਂ, ਉਸੇ ਤਰੀਕੇ ਦੇ ਨਾਲ ਤਿਆਰ ਹੈ ਕਰਵਾਈ ਗਈ ਹੈ। ਖਾਸ ਤੌਰ 'ਤੇ ਕਿਸਾਨਾਂ ਦਾ ਕਹਿਣਾ ਕਿ ਇਹ ਟਰਾਲੀ ਦੇ ਵਿੱਚ ਜਦੋਂ ਕਿਸੇ ਵੱਡੀ ਬੈਠਕ ਤੋਂ ਬਾਅਦ ਕਿਸਾਨਾਂ ਨੇ ਨੀਚੇ ਤੱਕ ਸੰਦੇਸ਼ ਪਹੁੰਚਾਉਣਾ ਹੁੰਦਾ ਹੈ ਤਾਂ ਇਸ ਦੇ ਅੰਦਰ ਬੈਠਕ ਹੁੰਦੀ ਹੈ। ਬਕਾਇਦਾ ਜਿਹੜੇ ਉਹਨਾਂ ਦੇ ਅੱਗੇ ਬਲਾਕ ਪੱਧਰ ਦੇ ਆਗੂ ਹਨ ਉਹਨਾਂ ਦੇ ਨਾਲ ਇੱਥੇ ਚਰਚਾ ਹੁੰਦੀ ਹੈ। ਉਸ ਤੋਂ ਬਾਅਦ ਅੱਗੇ ਗਰਾਊਂਡ 'ਤੇ ਮੈਸੇਜ ਡਿਲੀਵਰ ਹੁੰਦਾ ਅਤੇ ਨਾਲ ਹੀ ਇਹਨਾਂ ਦਾ ਪਰਪਸ ਹੈ ਕਿ ਇਸ ਸੰਘਰਸ਼ ਦੇ ਵਿੱਚ ਆਉਣ ਵਾਲੇ ਛੋਟੇ ਬੱਚੇ ਜਾਂ ਪਿੰਡ ਤੋਂ ਜਿਹੜੇ ਨਾਲ ਆ ਰਹੇ ਨੇ ਬੱਚੇ ਬੀਬੀਆਂ ਉਹਨਾਂ ਦੇ ਰਹਿਣ ਦੇ ਲਈ ਉਹਨਾਂ ਨੂੰ ਇੱਕ ਸੁਖਾਵਾਂ ਮਾਹੌਲ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਅੰਦੋਲਨ 'ਚ ਮਿਲੇ। ਖੁਦ ਔਂਕੜਾਂ ਨਾਲ ਜਿਹੜਾ ਹੈਗਾ ਝੂਜ ਰਹੇ ਨੇ, ਖੁਦ ਕਿਸਾਨ ਜਿਹੜੇ ਹਨ ਪਰਾਲੀ ਦੀਆਂ ਗੰਢਾਂ ਨੂੰ ਬੈੱਡ ਬਣਾ ਕੇ ਜਿਹੜਾ ਹੈਗਾ ਉਹਨਾਂ ਦੇ ਉੱਪਰ ਸੋ ਰਹੇ ਨੇ ਟਰਾਲੀਆਂ ਦੇ ਵਿੱਚ। ਤੁਸੀਂ ਦੇਖ ਸਕਦੇ ਹੋ ਫਿਲਹਾਲ ਇਸ ਟਰਾਲੀ ਦੇ ਵਿੱਚ ਜਿਹੜੀ ਖਾਸੀਅਤ ਜਿਹੜੀ ਹੈਗੀ ਹੈ ਇਹੀ ਹੈ, ਕਿਤਾਬਾਂ ਰੱਖੀਆਂ ਗਈਆਂ ਨੇ ਕਿ ਨੌਜਵਾਨਾਂ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਆਗਾਹ ਕਰਨਾ ਹੈਗਾ, ਜਾਣੂ ਕਰਵਾਉਣਾ ਹੈਗਾ ਇਸ ਘੋਲ ਦੇ ਨਾਲ, ਅਤੇ ਨਾਲ ਹੀ ਬੱਚਿਆਂ ਅਤੇ ਬੀਬੀਆਂ ਦੀ ਸੁਰੱਖਿਆ ਦੇ ਲਈ ਇਸ ਤਰੀਕੇ ਦੀਆਂ ਟਰਾਲੀਆਂ ਤੁਹਾਨੂੰ ਮੋਰਚੇ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਨੇ। ਸ਼ੰਭੂ ਬਾਰਡਰ ਤੋਂ ਵੀਡੀਓ ਜਰਨਲਿਸਟ ਰਜਤ ਦੇ ਨਾਲ ਜਗਬਾਣੀ ਲਈ ਵਰੁਣ ਭੱਟ।